ਸਸ਼ੀਕਰ ਜੀ ਪ੍ਰੋਪਰ ਵੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਪੰਜਵੀਂ ਅੱਠਵੀਂ ਦਸਵੀਂ ਅਤੇ 12ਵੀਂ ਸ਼੍ਰੇਣੀ ਦੇ 22 ਮੰਥਲੀ ਟੈਸਟ ਦੇ ਅੰਕ ਜਿਹੜੇ ਹੈਗੇ ਨੇ ਟਰਮ ਪ੍ਰੀਖਿਆ ਦੇ ਅੰਕ ਪ੍ਰੀ ਬੋਰਡ ਪ੍ਰੀਖਿਆ ਦੇ ਦੇ ਲਿਖਤੀ ਜੋ ਵੀ ਸਵਾਰ ਅੰਕ ਹੈਗੇ ਨੇ ਉਹਨਾਂ ਨੂੰ ਬੋਰਡ ਦੇ ਪੋਰਟਲ ਤੇ ਅਪਲੋਡ ਕਿਵੇਂ ਕਰਨਾ ਹੈ ਉਹ ਤਰੀਕਾ ਮੈਂ ਤੁਹਾਨੂੰ ਇਸ ਵੀਡੀਓ ਚ ਦੱਸੂਗਾ ਜੀ ਇਹਦੀ ਜਿਹੜੀ ਲਾਸਟ ਡੇਟ ਹੈ ਜੀ ਉਹ ਲਾਸਟ ਡੇਟ ਹੈ 25/02/2023 25/02/2023 ਤੱਕ ਦਾ ਸਮਾਂ ਹੈਗਾ ਤਾਂ ਇਹ ਨੰਬਰ ਅਪਲੋਡ ਕੀ ਵੀ ਕਰਨੇ ਨੇ ਉਹੀ ਤਰੀਕਾ ਮੈਂ ਤੁਹਾਨੂੰ ਦੱਸਣ ਲੱਗਿਆ ਜੀ ਪੋਰਟਲ ਖੋਲ ਲੈਣਾ ਆਪਣੇ ਸਕੂਲ ਦਾ ਪਰਸਨਲ ਜਿਹੜਾ ਲੌਗਇਨ ਹੈ ਉਹ ਲੌਗਇਨ ਕਰਕੇ ਪੋਰਟਲ ਨੂੰ ਖੋਲ ਲੈਣਾ ਉਸ ਤੋਂ ਬਾਅਦ ਐਗਜ਼ਾਮੀਨੇਸ਼ਨ ਦੇ ਵਿੱਚ ਜਾਣਾ ਇੱਥੇ ਜਾਣਾ ਹੈ ਮਾਰਕਸ ਐਂਟਰੀ ਆਫ ਸਕੂਲ ਬੇਸਡ ਐਗਜ਼ਾਮ ਇੱਥੇ ਤੁਸੀਂ ਕਲਿੱਕ ਕਰੋਗੇ ਤਾਂ ਉਹ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਲਿੰਕ ਆ ਜਾਏਗਾ ਠੀਕ ਹੈ ਇਸ ਲਿੰਕ ਦੇ ਵਿੱਚ ਜਿਹੜਾ ਹੈਗਾ ਜੀ ਉਹ ਇਹ ਪਹਿਲਾ ਹੈ 10ਵੀਂ ਕਲਾਸ ਦੇ ਲਈ ਤੇ ਇਹ ਦੂਜਾ ਹੈ 12ਵੀਂ ਕਲਾਸ ਦੇ ਲਈ ਇਸੇ ਤਰ੍ਹਾਂ ਐ ਆਪਣਾ ਜੀ ਪੰਜਵੀਂ ਕਲਾਸ ਦੇ ਜਿਹਨੇ ਐਂਟਰ ਕਰਨੇ ਨੇ ਉਹ ਆਪਣਾ ਪਰਸਨ ਲੌਗਇਨ ਕਰਨਗੇ ਤਾਂ ਉੱਥੇ ਉਹਨਾਂ ਦਾ ਉਹ ਪੰਜਵੀਂ ਕਲਾਸ ਦਾ ਆ ਜਾਏਗਾ ਤੇ ਇਹ ਮਿਡਲ ਕਲਾਸ ਦਾ ਜਿਹੜਾ ਮਿਡਲ ਵਿੰਗ ਦਾ ਹੁੰਦਾ ਤਾਂ ਉਹ ਜਦੋਂ ਤੁਸੀਂ ਉੱਥੇ ਖੋਲੋਗੇ ਤਾਂ ਉੱਥੇ ਉਹ ਅੱਠਵੀਂ ਜਮਾਤ ਦਾ ਆ ਜਾਏਗਾ ਜੀ ਤਾਂ ਪ੍ਰੋਸੀਜਰ ਸਾਰਿਆਂ ਦਾ ਸੇਮ ਹੀ ਹੈ ਇੱਥੇ ਇਸ ਲਿੰਕ ਦੇ ਵਿੱਚ ਹੀ ਆਵੇਗਾ ਉਹ ਐਗਜ਼ਾਮੀਨੇਸ਼ਨ ਦੇ ਵਿੱਚ ਭਾਵੇਂ ਤੁਸੀਂ ਪ੍ਰਾਇਮਰੀ ਦਾ ਖੋਲੋ ਪੋਰਟਲ ਭਾਵੇਂ ਮਿਡਲ ਵਾਲਾ ਖੋਲੋ ਠੀਕ ਹੈ ਮੈਂ ਸੀਨੀਅਰ ਸਕੈਂਡਰੀ ਸਕੂਲ ਵਾਲਾ ਖੋਲਿਆ ਹੈ ਇਹਦੇ ਚਾ ਦੋ ਸ਼ੋ ਹੋ ਰਹੇ ਨੇ میٹرਿਕ ਦਾ ਤੇ ਆਪਣਾ 12ਵੀਂ ਦਾ ਠੀਕ ਹੈ ਜੀ ਤਾਂ ਇਹਦਾ ਤਰੀਕਾ ਕੀ ਹੈ ਹੁਣ ਇਹ ਜਿਹੜੇ ਲਿੰਕ ਹੈਗੇ ਨੇ ਆ ਇਥੇ ਰਿਵਾਈਜ਼ ਦੀ ਇਨਸਟ੍ਰਕਸ਼ਨਾਂ ਹੈਗੀਆਂ ਨੇ ਉਹ ਪੜ੍ਹ ਲੈਣੀਆਂ ਨੇ ਜੀ ਆਪਣਾ ਤੇ ਉਸ ਤੋਂ ਬਾਅਦ ਇਹ ਜਿਹੜੇ ਵੀ ਮੰਨ ਲਓ ਤੁਸੀਂ 10ਵੀਂ ਦੇ ਕਰਨੇ ਆ 12ਵੀਂ ਦੇ ਕਰਨੇ ਉਸ ਲਿੰਕ ਤੇ ਤੁਸੀਂ ਕਲਿੱਕ ਕਰੋ ਜੀ ਆ ਲੈਟਰ ਖੁੱਲੇਗਾ ਇਹਨੂੰ ਸਬਮਿਟ ਕਰ ਦੇਣਾ ਠੀਕ ਹੈ ਉਹ ਤੋਂ ਬਾਅਦ ਤੁਹਾਡੇ ਸਾਹਮਣੇ ਆਹ ਲਿਸਟ ਆ ਜਾਏਗੀ ਜਿਸ ਤਰ੍ਹਾਂ ਦੇਖੋ ਆਹ ਲਾਸਟ ਡੇਟ ਹੈ ਤੇ ਆ ਪੈਂਡਿੰਗ ਵਿਦਿਆਰਥੀ ਨੇ ਠੀਕ ਹੈ ਆ ਪੂਰੀ ਲਿਸਟ ਆਵੇਗੀ ਇਸੇ ਤਰ੍ਹਾਂ ਜਿਵੇਂ ਮੈਂ ਆ ਦੋ ਤਿੰਨ ਵਿਦਾਰ ਦੀ ਤੁਹਾਨੂੰ ਦਿਖ ਰਹੇ ਨੇ ਇੱਥੇ ਤੁਸੀਂ ਕਲਿੱਕ ਕਰਨਾ ਹੈ 뷰 ਐਂਡ ਐਂਟਰ ਮਾਰਕਸ ਤੇ ਜਦੋਂ ਤੁਸੀਂ view ਐਂਡ ਐਂਟਰ ਮਾਰਕਸ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਹ ਵਿੰਡੋ ਆ ਜਾਏਗੀ ਜੀ ਠੀਕ ਹੈ ਹੁਣ ਇਹਦੇ ਚ ਉਹ ਸਾਰੇ ਮਾਰਕਸ ਨੇ ਜੀ ਜਿਵੇਂ ਇਹ ਜਿਹੜੇ ਜਿਹੜੇ ਸਬਜੈਕਟ ਬੱਚੇ ਕੋਲ ਹੈਗੇ ਨੇ ਜਿਵੇਂ ਇਸ ਬੱਚੇ ਕੋਲ ਪੰਜਾਬੀ ਏ ਇੰਗਲਿਸ਼ ਹਿੰਦੀ ਮੈਥਮੈਟਿਕਸ ਸਾਇੰਸ ਸੋਸ਼ਲ ਸਟਡੀ ਕੰਪਿਊਟਰ ਸਾਇੰਸ ਵੈਲਕਮ ਲਾਈਫ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਪੰਜਾਬੀ ਵੀ ਇਹ ਸਾਰੇ ਉਹ ਮਾਰਕਸ ਨੇ ਜਿਵੇਂ ਆਹ ਟੈਸਟ 1 ਜਿਹੜੇ ਟਰਮ ਬਣਦੇ ਹੋਏ ਨੇ ਟੈਸਟ 2 ਹੈ ਜੀ ਆਹ ਟੈਸਟ 3 ਹੈ ਆਹ ਟਰਮ ਹੋਊਗੀ ਅਪੜੇ ਸਤੰਬਰ ਤੇ ਆ ਪ੍ਰੀ ਬੋਰਡ ਵਾਲੇ ਤੇ ਇਹਨਾਂ ਦਾ ਇਹ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਹ 10 ਵਿੱਚੋਂ ਨੇ ਸਾਰੇ ਇਹ 40 ਚਲੇ ਵਿੱਚੋਂ ਨੇ ਉਸ ਹਿਸਾਬ ਨਾਲ ਤੁਸੀਂ ਇਹ ਅੰਕ ਭਰਨੇ ਨੇ ਇਹ ਭਰ ਕੇ ਤੁਸੀਂ ਸੇਵ ਕਰੋਗੇ ਤੇ ਨੈਕਸਟ ਤੇ ਸੇਵ ਐਂਡ ਨੈਕਸਟ ਤੇ ਕਲਿੱਕ ਕਰੋਗੇ ਤਾਂ ਉਹ ਕੀ ਹੋ ਜਾਏਗਾ ਉਹ ਫੇਰ ਅਗਲਾ ਬੱਚਾ ਆ ਜਾਈਗਾ ਠੀਕ ਹੈ ਇਸੇ ਤਰ੍ਹਾਂ ਸਾਰੇ ਦੇ ਸਾਰੇ ਮਾਰਕਸ ਜਿਹੜੇ ਹੈਗੇ ਨੇ ਤੁਸੀਂ ਭਰ ਦੇਣੇ ਨੇ ਠੀਕ ਹੈ ਇਹ ਇਹ ਮਾਰਕਸ ਭਰਨ ਤੋਂ ਬਾਅਦ ਇੱਥੇ ਆ ਦੇਖੋ ਇੱਕ ਤਾਂ ਹੈ ਪ੍ਰਿੰਟ ਰਫ ਰਿਪੋਰਟ ਇੱਕ ਹੈ ਕਲਿਕ ਹੇਅਰ ਟੂ ਫਾਈਨਲ ਸਬਮਿਟ ਪਹਿਲਾ ਤੁਸੀਂ ਸਾਰੇ ਮਾਰਕਸ ਭਰ ਕੇ ਇੱਥੋਂ ਨਾ ਰਫ ਪ੍ਰਿੰਟ ਕੱਢ ਲੈਣਾ ਹੈ ਰਫ ਰਿਪੋਰਟ ਕੱਢ ਲੈਣੀ ਆ ਉਹ ਰਫ ਰਿਪੋਰਟ ਕੱਢਣ ਤੋਂ ਬਾਅਦ ਸਾਰੇ ਮਾਰਕਸ ਇੱਕ ਵਾਰੀ ਵੈਰੀਫਾਈ ਕਰ ਲੈਣੇ ਨੇ ਤੇ ਉਸ ਤੋਂ ਬਾਅਦ ਫੇਰ ਇੱਥੇ ਫਾਈਨਲ ਸਬਮਿਟ ਤੇ ਕਲਿਕ ਕਰਨਾ ਸੋ ਇਸ ਤਰੀਕੇ ਨਾਲ ਆਪਾਂ ਇਹ ਮਾਰਕਸ ਜੀ ਆਪਣੇ ਜਿਹੜੇ ਹੈਗੇ ਨੇ ਪ੍ਰੀ ਬੋਰਡ ਦੇ ਜਾਂ ਟਰਮ 1 2 ਦੇ ਤੇ ਆਪਣੇ ਸਤੰਬਰ ਦੇ ਉਹ ਆਪਾਂ ਅਪਲੋਡ ਕਰ ਸਕਦੇ ਹਾਂ ਤੇ ਇਹਦੀ ਲਾਸਟ ਜਿਹੜੀ ਡੇਟ ਹੈਗੀ ਹੈ ਉਹ 25/2/2023 ਹੈ ਜੀ ਥੈਂਕ ਯੂ ਸੋ ਮਚ